ਯੂ ਆਕਾਸ਼ਵਾਣੀ ਜੰਮੂ ਹੈ ਅਬਦੁਲ ਮਜੀਦ ਦੀ ਖਬਰ ਸੁਣੋ। ਪਹਿਲਾਂ ਪੇਸ਼ ਹੈ ਬੁਲੇਟਿਨ ਦੀ ਖਾਸ ਖਾਸ ਖਬਰ। ਬੀਜੇਪੀ ਨੇ ਸੰਕਲਪ ਪੱਤਰ ਨਾ ਸੰਗ ਆਈਂਦਾ ਲੋਕ ਸਭਾ ਚੁਣਾਵ ਗੋ ਮਨਸੂਰ ਜਾਰੀ ਕਰ ਦਿੱਤੋ ਏ, ਜਦਕਿ ਕਾਂਗਰਸ ਨੇ ਬੀਜੇਪੀ ਦਾ ਚੁਣਾਵ ਮਨਸੂਰ ਨਾ ਝੂਠ ਗੋ ਇਕ ਪਲੰਤੋ ਕਰਾਰ ਦਿੱਤੋ। ਵਜ਼ੀਰ ਦਾਖਲਾ ਅਮਿਤ ਸ਼ਾਹ ਆਈਂਦਾ 16 ਅਪ੍ਰੈਲ ਨਾ ਜੰਮੂ ਮਾ ਇਕ ਅਵਾਮੀ ਰੈਲੀ ਸੰਗ ਖਿਤਾਬ ਕਰੇਗਾ। ਚੁਣਾਵ ਅਹੁਦੇਦਾਰਾਂ ਨੇ BLOs ਨਾ ਹਦਾਇਤ ਕੀ ਏ ਜੇ ਵੇ ਵੋਟ ਪਾਇਆ ਜਾਣ ਦੀ ਤਾਰੀਖ ਤੇ 5 ਤੋਂ 7 ਰੋਜ਼ ਪਹਿਲਾਂ ਵੋਟਰ ਸਲਿਪਾਂ ਦੀ 100% ਤਕਸੀਮ ਨਾ ਯਕੀਨੀ ਬਣਾਵੇ ਤੇ ਸਾਲਾਨਾ ਅਮਰਨਾਥ ਯਾਤਰਾ ਇਸ ਸਾਲ ਜੂਨ ਮਹੀਨਾ ਦੀ 9 ਤਾਰੀਖ ਤੇ ਸ਼ੁਰੂ ਕੀ ਜਾਏਗੀ। ਖਬਰਾਂ ਦੀ ਤਫਸੀਲ ਨਾਲ ਪਹਿਲਾਂ ਬਾਗ ਅਲੀ ਤਾਹਿਰ। ਬੀਜੇਪੀ ਨੇ ਆਪਣਾ ਪਾਰਟੀ ਸਦਰ ਦਫਤਰ ਨਵੀਂ ਦਿੱਲੀ ਮਾ ਅੱਜ ਸੰਕਲਪ ਪੱਤਰ ਨਾ ਸੰਘ ਪਾਰਟੀ ਮਨਸੂਰ ਜਾਰੀ ਕਰ ਦਿੱਤੋ ਹੈ। ਆਪਣਾ ਚੁਣਾਵੀ ਮਨਸੂਰ ਮਾ ਬੀਜੇਪੀ ਨੇ ਯੂਨੀਫਾਰਮ ਸਿਵਲ ਕੋਡ, ਇਕ ਕੌਮ ਇਕ ਚੁਣਾਵ ਤੇ ਵਾਹਿਦ ਵੋਟਰ ਫਹਿਰਿਸਤ ਮੁਰੱਤਬ ਕਰਨ ਦਾ ਵਾਅਦਾ ਕੀਆ। ਮਨਸੂਰ ਨਾ ਆਈਂਦਾ 5 ਵਰ੍ਹਿਆਂ ਦੌਰਾਨ ਵਜ਼ੀਰ ਆਜ਼ਮ ਗਰੀਬ ਕਲਿਆਣ ਅੰਨਾ ਯੋਜਨਾ ਜਾਰੀ ਰੱਖਣ, ਆਯੁਸ਼ਮਾਨ ਭਾਰਤ ਯੋਜਨਾ ਮਾ ਤੋਸੀ ਕਰਨ ਤਾਂ ਜੇ ਬਜ਼ੁਰਗ ਸ਼ਹਿਰੀਆਂ ਨਾ ਫਾਇਦਾ ਪੁਜਾਇਆ ਜਾ ਸਕੇ, 3 ਕਰੋੜ ਲਖਪਤੀ ਦੀਦੀ ਬਣਾਉਣ ਤੇ ਵਜ਼ੀਰ ਆਜ਼ਮ ਸੂਰਿਆ ਯੋਜਨਾ ਸੰਘ ਬਿਜਲੀ ਬਿੱਲ 0 ਸਤਾਵਰ ਲਿਆਉਣ ਦਾ ਆਵਾਮ ਸੰਘ ਵਾਅਦਾ ਕੀਆ। ਪਾਰਟੀ ਨੇ ਵਾਅਦਾ ਕੀਓ ਹੈ ਜੇ ਭਾਰਤ ਨਾ ਦੁਨੀਆਂ ਮਾ ਤੀਜੀ ਸਭ ਤੋਂ ਬੜੀ ਮਈਸ਼ਤ ਬਣਾਇਆ ਜਾਏਗਾ ਤੇ ਮੁਲਕ ਨਾ ਆਲਮੀ ਸਤਾਵਰ ਮਸਨੂਆ ਤਿਆਰ ਕਰਨ ਕੋ ਇਕ ਗਹਿਵਾਰੋ ਬਣਾ ਦਿੱਤੋ ਜਾਏਗਾ। ਇਸ ਮੌਕੇ ਪਰ ਬੋਲਤਾ ਮਾ ਵਜ਼ੀਰ ਆਜ਼ਮ ਨਰਿੰਦਰ ਮੋਦੀ ਕੋ ਕਹਿਣਾ ਥੋ ਜੇ ਉਨਗਾ ਇਸ ਮਨਸੂਰ ਦਾ ਅਮਲਾਇਆ ਜਾਣ ਸੰਘ ਨੌਜਵਾਨਾਂ, ਖਵਾਤੀਨ, ਕਿਸਾਨਾਂ ਤੇ ਗਰੀਬ ਆਵਾਮ ਨਾ ਬੜੋ ਫਾਇਦਾ ਮਿਲੇਗਾ। ਉਨਾਂ ਨੇ ਇਨ ਤਬਕਾਂ ਨਾ ਕਿਸੇ ਵੀ ਤਰੱਕੀ ਯਾਫਤਾ ਮੁਲਕ ਦਾ 4 ਥੰਮ ਕਰਾਰ ਦਿੱਤੋ ਹੈ। ਇਸ ਦੌਰਾਨ ਕਾਂਗਰਸ ਕੋ ਕਹਿਣਾ ਹੈ ਜੇ ਬੀਜੇਪੀ ਦੀ ਤਰਫੋਂ ਜਾਰੀ ਕੀਤੇ ਗਏ ਚੁਣਾਵੀ ਮਨਸੂਰ ਮੈਜ਼ ਝੂਠ ਕੋ ਇਕ ਪਲੰਦੋ ਹੈ। ਦਿੱਲੀ ਮਾ ਮੀਡੀਆ ਸੰਗ ਗੱਲ ਕਰਦਾ ਮਾ ਕਾਂਗਰਸ ਲੀਡਰ ਸੁਪਰੀਆ ਸ਼੍ਰੀਨਿਤ ਨੇ ਇਲਜ਼ਾਮ ਲਾਇਓ ਜੇ ਆਪਣਾ ਚੁਣਾਵੀ ਮਨਸੂਰ ਮਾ ਬੀਜੇਪੀ ਨਾ ਰੋਜ਼ਗਾਰ ਮੁਹੱਈਆ ਕਰਾਣ ਕੋ ਕੋਈ ਜ਼ਿਕਰ ਨਹੀਂ ਕੀਓ ਹੈ। ਉਨਕੋ ਕਹਿਣਾ ਥੋ ਜੇ ਬੀਜੇਪੀ ਮਨਸੂਰ ਮਾ ਘੱਟੋ ਘੱਟ ਇਮਦਾਦੀ ਕੀਮਤ ਬਾਰੇ ਕਾਨੂੰਨੀ ਗਾਰੰਟੀ ਦੇਣ ਤੇ ਮਹਿੰਗਾਈ ਮਾ ਕਮੀ ਲਿਆਉਣ ਕੋ ਵੀ ਜ਼ਿਕਰ ਨਹੀਂ ਕੀਓ ਗਿਓ ਹੈ। ਮਰਕਜ਼ੀ ਵਜ਼ੀਰ ਦਾਖਲਾ ਅਮਿਤ ਸ਼ਾਹ ਇੰਦਾ 16 ਅਪ੍ਰੈਲ ਨਾ ਪਲੋੜਾ ਜੰਮੂ ਗਾ ਮਨਹਾਸ ਬਰਾਦਰੀ ਗਰਾਊਂਡ ਮਾ ਇਕ ਬੜੀ ਅਵਾਮੀ ਰੈਲੀ ਸੰਘ ਖਿਤਾਬ ਕਰੇਗਾ। ਆਕਾਸ਼ਵਾਣੀ ਜੰਮੂ ਗਾ ਮਾਰਾ ਨੁਮਾਇੰਦਾ ਨੇ ਦਸਿਓ ਜੇ ਜਨਾਬ ਸ਼ਾਹ ਇਸ ਰੈਲੀ ਸੰਘ ਆਪਣਾ ਖਿਤਾਬ ਦੇ ਦੌਰਾਨ ਜੰਮੂ ਰਿਆਸੀ ਪਾਰਲੀਮਾਨੀ ਹਲਕਾ ਮਾ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਜੁਗਲ ਕਿਸ਼ੋਰ ਸ਼ਰਮਾ ਦੀ ਚੁਣਾਵੀ ਮੁਹਿੰਮ ਨਾ ਤਕਵੀਅਤ ਦੇਗਾ। ਬੀਜੇਪੀ ਦਾ ਜੰਮੂ ਕਸ਼ਮੀਰ ਯੂਟੀ ਦੇ ਸਰਬਰਾਹ ਰਵਿੰਦਰ ਰੈਣਾ ਨੇ ਯਕੀਨ ਜ਼ਾਹਿਰ ਕੀਤਾ ਹੈ ਜੇ ਜਨਾਬ ਸ਼ਾਹ ਦੀ ਇਸ ਰੈਲੀ ਮਾ ਬੜੀ ਮਤੀ ਤਾਦਾਦ ਮਾ ਲੋਕ ਸ਼ਾਮਲ ਹੋਵੇਗਾ, ਜਿਸ ਨਾਲ ਪਾਰਟੀ ਨਾ ਆਈਂਦਾ ਲੋਕ ਸਭਾ ਚੁਣਾਵਾਂ ਮਾ ਨੁਮਾਇਆ ਅਵਾਮੀ ਹਮਾਇਤ ਕੋ ਪਤੋ ਚਲੇਗਾ। ਇਸੇ ਤਰ੍ਹਾਂ ਕੱਲ ਯਾਨੀ 15 ਅਪ੍ਰੈਲ ਨਾ ਜ਼ਿਲ੍ਹਾ ਕਠੂਆ ਦਾ ਬਸੋਲੀ ਇਲਾਕਾ ਮਾ ਵਜ਼ੀਰ ਦਿਫਾ ਰਾਜਨਾਥ ਸਿੰਘ, ਉਧਮਪੁਰ ਡੋਡਾ ਕਠੂਆ ਪਾਰਲੀਮਾਨੀ ਹਲਕਾ ਤੇ ਬੀਜੇਪੀ ਦਾ ਉਮੀਦਵਾਰ ਡਾ ਜਤਿੰਦਰ ਸਿੰਘ ਦੀ ਹਮਾਇਤ ਮਾ ਇਕ ਅਵਾਮੀ ਇਜਤਮਾ ਸੰਘ ਖਿਤਾਬ ਕਰੇਗਾ। ਇਸ ਤੋਂ ਪਹਿਲਾਂ ਉਧਮਪੁਰ ਤੇ ਕਠੂਆ ਜ਼ਿਲ੍ਹਾ ਮਾ ਵਜ਼ੀਰ ਆਜ਼ਮ ਨਰਿੰਦਰ ਮੋਦੀ ਤੇ ਯੂਪੀ ਦਾ ਵਜ਼ੀਰ ਆਲਾ ਯੋਗੀ ਆਦਿੱਤਿਆਨਾਥ ਵੀ ਪਾਰਟੀ ਦਾ ਉਮੀਦਵਾਰ ਦਾ ਹੱਕ ਮਾ ਅਵਾਮੀ ਰੈਲੀਆਂ ਕੋ ਇਨਕਾਦ ਕਰ ਚੁੱਕਾ ਏ, ਜਿਸ ਤੋਂ ਉਨ੍ਹਾਂ ਨੇ ਬੜੀ ਅਵਾਮੀ ਇਜਤਮਾ ਸੰਘ ਖਿਤਾਬ ਕੀਓ। ਜੰਮੂ ਕਸ਼ਮੀਰ ਮਾ ਆਈਂਦਾ ਲੋਕ ਸਭਾ ਚੁਣਾਵਾਂ ਦੇ ਦੌਰਾਨ ਮਤੀ ਤੋਂ ਮਤੀ ਤਾਦਾਦ ਮਾ ਵੋਟਰ ਨਾ ਵੋਟ ਪਾਉਣ ਦੀ ਖਾਤਰ ਰਾਗਬ ਕੀਆ ਜਾਣ ਦਾ ਮਕਸਦ ਸੰਗ ਚੁਣਾਵ ਅਹੁਦੇਦਾਰਾਂ ਨੇ ਤਮਾਮ BLOs ਨਾ ਹਦਾਇਤ ਕੀਆ ਜੇ ਵੋਟ ਪਾਉਣ ਦੀ ਤਾਰੀਖ ਤੇ 5 ਤੋਂ 7 ਰੋਜ਼ ਪਹਿਲਾਂ ਹੀ 100% ਵੋਟਰ ਸਲਿਪਾਂ ਦੀ ਤਕਸੀਮਕਾਰੀ ਨਾ ਯਕੀਨੀ ਬਣਾ ਦੇਣ। ਇਸ ਤੋਂ ਇਲਾਵਾ ਮਰਕਜ਼ੀ ਪੁਲਿਸ ਦਸਤਾਨ CAPF ਤੇ ਜੰਮੂ ਕਸ਼ਮੀਰ ਪੁਲਿਸ ਨਾ ਕਿਹਾ ਗਿਆ ਹੈ ਜੇ ਵੇ ਫਲੈਗ ਮਾਰਚ ਕਰਨ ਦੇ ਨਾਲ ਨਾਲ ਰਾਤ ਦੀ ਗਸ਼ਤ ਦਾ ਬਸ਼ਮੂਲ ਗਸ਼ਤ ਮਾ ਬਾਕਾਇਦਗੀ ਆਣੀ ਜਾਏ, ਨਾਲੇ ਨਾਕਾ ਨਾ ਹੋਰ ਤਗੜੋ ਬਣਾਇਆ ਜਾਏ ਤਾਂ ਜੇ ਵੋਟਰਾਂ ਦਾ ਇਤਮਾਦ ਮਾ ਇਜ਼ਾਫਾ ਕੀਤਾ ਜਾ ਸਕੇ। ਇਹ ਇਕਦਾਮਾਤ ਚੁਣਾਵ ਕਮਿਸ਼ਨ ਦੀ ਤਰਫੋਂ ਆਈਂਦਾ ਲੋਕ ਸਭਾ ਚੁਣਾਵਾਂ ਦੌਰਾਨ ਮਤੀ ਤੋਂ ਮਤੀ ਤਾਦਾਦ ਮਾ ਲੋਕਾਂ ਨਾਲ ਵੋਟ ਪਾਉਣ ਦਾ ਰਾਗਬ ਕਰਨ ਦੀ ਖਾਤਰ ਕੀਤਾ ਗਿਆ ਏ।
जम्मू कश्मीर का पहाड़ी जिला डोडा मा इंदा लोकसभा चुनाव के दौरान 100 बारह ते ज्यादा उम्र का त्रै दर्जन ते मती तादाद का वोटर न वोट पान को एजाज हासिल हो जाएगो ते इसरा एक नवी तारीख रकम करने को मौको मुयसर आवेगो। मारा आकाशवाणी का नुमाइंदा ने इस बारे जानकारी देता हुआ दस्यो है जिला मा इस वेला 100 साल की उम्र ते मती उम्र का कुल 37 वोटर मौजूद है। इन वोटर मा सब ते मती उम्र को वोटर 108 बारह की उम्र को मौजूद है। इन बुजुर्ग वोटर न वोट पान की सहूलत मुयसर कराने का खसूसी इंतजाम किया गया है ते जरूरत पैन पर उनकी खातर पालकी को भी बंदोबस्त किया जाएगो। डॉक्टर भीमराव अंबेडकर का 134वां जन्म त्याड़ा पर आज सदर जमहूरिया द्रौपदी मुर्मू नायब सदर जगदीप धनकर ते वजीर आजम नरेंद्र मोदी ने पार्लियामेंट कॉम्प्लेक्स में उनका मुजस्मा पर फूल चाढ़ गया खराज की दत पेश की। उन्होंने इस मौका पर मुल्क का लोगों ने मुबारकबाद दी है। एक पैगाम में सदर ने कहा जे बाबा साहब अम्बेडकर समाज में तब्दीली को आगाज करने वाला एक हरफनमौला शख्सियत था जिन्होंने माहिर कानून माहिर तालीम माहिर इक्तसादियात समाज सुधार ते सियासी लीडर का तौर पर समाज ते मुल्क न गैर मामूली तावंदित है। नायब सदर ने लोगों पर जोर पायो जिबे डॉक्टर अम्बेडकर का दसिया व समाजी बरोबरी का ते इंसाफ का नजरिया पर काम करें। वजीर आजम ने कहा जे डॉक्टर अम्बेडकर का नजरिया की पेशरफ्त नाल आज भारत की नवी तस्वीर बिल्कुल मुख्तलिफ है। जम्मू कश्मीर का लेफ्टिनेंट गवर्नर मनोज सिन्हा ने एक मीडिया पोस्ट न भारतीय आयन का मामार डॉक्टर अम्बेडकर न खराज अकीदत पेश की ते कहा जे समाजी बरोबरी ते इंसाफ बारे उनकी कोशिश आइंदा नस्ल न मुतासर करती रहेंगी। ये खबर तम आकाशवाणी जम्मू ते सुन रहे हैं। मजीद खबर संग अब्दुल मजीद। इस साल सालाना अमरनाथ यात्रा 29 जून न शुरू होगी ते 19 अगस्त श्रवण पूर्णिमा न इख्तिताम पजीर होगी। श्री अमरनाथ जी श्राइन बोर्ड का सरबराह एलजी मनोज सिन्हा ने ऐलान में यह जानकारी दी थी। इस यात्रा वास्ते अंदराज 15 अप्रैल से शुरू हो जाएगो। याद रहे जी जो श्राइन 77 ते 3888 मीटर की बुलंदी पर वाकया है। अकीदतमंद मन ने जी बर्फ गो शिवलिंग शिव की शक्ति की अलामता न जाहिर करे। यात्री इस गुफा तक पुजन वास्ते जिला गांधरबल में बालटाल गा रस्ता ते जिला अनंतनाग गा पहलगाम वाला रवायती रस्ता को इंतखाब कर सकें। लेफ्टिनेंट गवर्नर मनोज सिन्हा ने आज कोल कंडोली मंदिर नगरोटा में 22वीं माता वैष्णो देवी प्राचीन मार्ग छड़ी यात्रा के दौरान पहली पूजा की। लेफ्टिनेंट गवर्नर ने छड़ी यात्रा न चंडीदास के रवाना की हो। यह यात्रा ओली माता मंदिर शिपानू भूमियाल पुजेगी जेडी विरासती रास्ता ते हो गया गुजरेगी। इस मौके पर लेफ्टिनेंट गवर्नर ने यात्रियों ने मुबारकबाद देता में जम्मू कश्मीर में अमन तरक्की ते खुशहाली की दुआ की। इस साल होने वाला पार्लियामानी चुनाव में शफाफियत ते जवाबदेही ना होर मजबूत बनाने वास्ते भारतीय चुनाव कमीशन ने नो जोअर कैंडिडेट ना की एक ऐप मुतारफ की है। आकाशवाणी जम्मू का नवा निगाह ने खबर दी है जे चुनाव लड़ रहे उम्मीदवारों का साबक जुर्मा बारे पतो लाण में या ऐप मददगार वेगी। इस केवाईसी ऐप ना इस्तेमाल करते वोटर ना लोड़े जे भी इलेक्शन टाइप ते इलेक्शन असेंबली या पार्लियामानी हलका को ना सिलेक्ट कर गए मुतलका हलका वास्ते कागजात नामजदगी किया उम्मीदवारों की फहरिस्त देख सकें या फिर वे बराह रास्त उम्मीदवार को नाम भी तलाश कर सकें। यह ऐप उम्मीदवार की मुजरमाना सरगर्मी अगर हुए बारे जानकारी बांधे आनेगी। लोकसभा चुनाव का पहला मरहला के दौरान जम्मू कश्मीर में पार्लियामानी हलका कठुआ में 19 अप्रैल न वोट कर लिया जाएगा। चुनाव बारे हुकाम ने इंतखाब वास्ते मामूर किया अमला न कठुआ में तरबियत दी थी। ईवीएम ते वीवीपैट सिस्टम न किस तरह इस्तेमाल में लियानो है गा बारा में मास्टर ट्रेनर द्वारका प्रसाद ने अमला न तरबियत दी थी। इस बारे मास्टर ट्रेनर ते नोडल अफसर ने इस तरह क्यू
सेकंड फेज की ट्रेनिंग चल रही है। ट्रेनिंग में भी कैसे ईवीएम्स को हैंडल करना है एट द पोलिंग स्टेशन, जिसमें तीन मेन यूनिट्स होते हैं, कुछ सिखाया जा रहा है, सीडी कैसी करनी है, कंट्रोल यूनिट वीवीपैट की, और कैसे बिफोर द इलेक्शन मॉक पोल करवाना है ताकि जो पोलिंग एजेंट्स हैं या पोलिंग जितने भी वहां लोग मौजूद हों। अब जनित बचाओ माँ खिदमत बारे दिन का मौका वर उन बाहिमत नौजवाना न खराजी अकीदत पेश की होगी जिन्होंने अगजनी की वारदात के दौरान अग बुझाता ते आवाम की जायदाद न बचाता मां अपनी जान की अजीम कुर्बानी दी। अगजनी ते हंगामी खिदमत का डायरेक्टर एडिशनल डायरेक्टर जनरल पुलिस आलोक कुमार की क्यादत मां गांधीनगर जम्मू मां सदर दफ्तर मां एक पुर असर परेड को इनका गयो ते अपनी खिदमत के दौरान जान कुर्बान करण आला की यादगार पर फूल चाड़िया। इस तकरीब के दौरान बोलता मां आलोक कुमार डीजी फायर एंड इमरजेंसी सर्विस ने इस तरह क्यों आज से चलकर 20 अप्रैल तक चलेगा, तरह तरह की इवेंट्स इसमें ऑर्गेनाइज किए जाते हैं जिससे कि लोगों के साथ जुड़ा जा सके और लोग भी फायर सर्विस के माइट को उसके कार्य को समझ सके और अवेयरनेस को जान करके सीख करके अपने परिजनों के अपने जो भी वैल्यूबल्स हैं संपत्ति की रक्षा कर सके और सहयोग दे सके। कुदरती आफात नाल निबड़न बारे जम्मू कश्मीर की अथार्टी जेके डीएमए ने वादी कश्मीर का दो जिला मां आईदा 24 घंटा के दौरान बालाई इलाका मां बर्फानी तूदा बारे खबरदार की हुए। हुकाम ने मशवरो दितो है जे जिला गांधरबल ते जिला कुपवाड़ा का बालाई इलाका मां दरमियाना खतरा आला बर्फानी तोदा को खतरो है। इन इलाका मां रहने आला लोगों ने सलाह दी गई है जे वे एहतियात बरते ते खतरा आली जगह पर जानते परहेज करें। गुजश्ता 24 घंटा के दौरान वादी कश्मीर मां बारिश हुई है ते कुछ बालाई इलाका मां ताजा बर्फबारी भी हुई है। किसी हंगामी सूरत मां मदद तलब करने वास्ते हुकाम ने इन दोनों जिलों का लोगों ने कहा है जे वे 112 नंबर डायल करके मदद तलब कर सकें। अखीर में खास खास खबर एक बार फिर सुन लियो। बीजेपी ने संकल्प पत्र का ना संघ आईंदा लोकसभा चुनावों को मंशूर जारी कर दिया है जबकि कांग्रेस ने बीजेपी का चुनावी मंशूर ना झूठ को एक पलंदो करार दिया। वजीर दाखला अमित शाह आईंदा 16 अप्रैल न जम्मू में एक अवामी रैली संघ खिताब करेगा। चुनाव अहदेदारा ने बीएलओज ने हिदायत की है जब वोट पाया जाने की तारीख ते 5 से 7 रोज पहला वोटर स्लिपा की 100% तकसीम न यकीनी बनावे। सालाना अमरनाथ यात्रा इस साल जून महीना की 29 तारीख से शुरू की जाएगी। इस गनाली गोजरी में खबरों ये बुलेटिन खत्म हुआ।